ਲਓ ਜੀ, ਨਾਰਵੇ ਦਾ ਇੱਕ ਹੋਰ ਰੰਗ ਦੇਖ ਲਓ ਵੀ ਜਿਹੜਾ ਇਹਨਾਂ ਦਾ ਸਮਾਨ ਪੁਰਾਣਾ ਹੋ ਜਾਂਦਾ ਹੈ ਆਹ ਸੜਕ ਦੇ ਉੱਪਰ ਤਾਂ ਮੇਨ ਰੋਡ ਦੇ ਉੱਤੇ ਹਾਈਵੇ ਉੱਤੇ ਆ ਜਗ੍ਹਾ ਬਣਾ ਕੇ ਨਾਲ ਝੰਡੇ ਲਾਏ ਹੈ। ਆਹ ਪੁਰਾਣਾ ਟਰੈਕਟਰ ਹੈ, ਆਹ ਲੋਹੇ ਦੇ ਟਾਇਰਾਂ ਵਾਲਾ ਇਹਨਾਂ ਦਾ, ਆਹ ਦੇਖੋ। ਅਤੇ ਉਸ ਤਰ੍ਹਾਂ ਹੀ ਇਹਨਾਂ ਨੇ ਖੜਾ ਇੱਥੇ ਰੱਖਿਆ ਵੀ ਲੋਕ ਆ ਕੇ ਦੇਖਣ। ਪੁਰਾਣਾ ਟਰੈਕਟਰ, ਆਹ ਲੋਹੇ ਦੀ ਸੀਟ ਹੈ, ਆਹ ਲੋਹੇ ਦਾ ਹੀ ਸਟੇਅਰਿੰਗ ਹੈ ਔਰ ਲੋਹੇ ਦੇ ਟਾਇਰ ਹੈ ਬਰਫ਼ 'ਤੇ ਚੱਲਣ ਵਾਲੇ। ਔਰ ਆਹ ਹੋਰ ਹੈ ਉਸ ਤੋਂ ਬਾਅਦ ਵਾਲਾ, ਉਹ ਦਿਖਾਉਣਾ ਤੁਹਾਨੂੰ। ਇਹ 'ਚ ਰੇਡੀਏਟਰ ਆ ਗਿਆ ਸੀਗਾ, ਇਹ ਰੱਖਿਆ ਇਹਨਾਂ ਨੇ। ਇਹ 'ਚ ਰੇਡੀਏਟਰ ਵੀ ਹੈ, ਫੋਰਡ ਦਾ ਹੈ, ਫੋਰਡ ਸਨ ਲਿਖਿਆ ਜੀ, ਟਰੈਕਟਰ ਬਣਾਇਆ ਸੀ ਜਿਹੜਾ ਫੋਰਡ ਦਾ, ਥੱਲੋਂ ਹੱਥ ਨਾਲ ਪਾਉਂਦੇ ਜਿਹੜੇ ਉਹ, ਆਹ ਵੀ ਫੋਰਡ ਸੰਦ ਹੈ ਜੀ। ਇਹ ਉਸ ਤੋਂ ਅਗਲਾ ਮਾਡਲ ਹੈ, ਹਾਂ ਇਹ ਬਰਫ਼ 'ਤੇ ਚੱਲਣ ਵਾਲੇ ਹੈ ਸਮਾਨ, ਅਤੇ ਥੱਲੋਂ ਪੁਲੀ ਮਾਰ ਕੇ ਤਿਆਰ ਹੁੰਦੇ ਆ, ਇਹ ਸਟਾਰਟ ਹੁੰਦੇ ਆ। ਇੱਕ ਆਹ ਆ ਗਿਆ ਜੀ, ਵਿੱਚ ਇਹਦੇ ਪਿੱਛੇ ਟਰਾਲੀ ਬਣਾਤੀ ਇਹਨਾਂ ਨੇ ਵਿੱਚ ਹੀ, ਅਤੇ ਇਹ ਵੀ ਇੱਕ ਨਵੀਂ ਚੀਜ਼ ਹੈ ਆਪਾਂ ਦੇਖ ਸਕਦੇ ਹਾਂ। ਇੱਥੇ ਲੋਹੇ ਦੇ ਟਾਇਰਾਂ ਵਾਲਾ ਜਗਾੜ ਇਹਨਾਂ ਨੇ, ਤੇਲ ਦੀ ਟੈਂਕੀ ਲਾਤੀ ਸੀ, ਬੈਟਰੀ ਲਾਤੀ ਸੀ ਇਹਨਾਂ ਨੇ, ਗੇਅਰ ਪਾਤੇ ਸੀ ਵਿੱਚ, ਅਤੇ ਇਹ ਤਿਆਰ ਹੋਇਆ। ਉਸ ਤੋਂ ਬਾਅਦ ਫਿਰ ਆਹ ਆ ਗਿਆ ਜਗਾੜ ਇੱਕ, ਇਹ ਇੱਥੋਂ ਦੀ ਖੇਤੀ 'ਚ ਕੰਮ ਆਉਣ ਵਾਲੀ ਚੀਜ਼ ਹੈ, ਨਾਲ ਆਹ ਹਲ ਵਾਲਾ ਸਿਸਟਮ ਪਾਤਾ ਵਿੱਚ, ਪਿੱਛੇ ਇਹਦੇ ਆਹ ਮੋਟਰ ਲੱਗ ਗਈ, ਆਹ ਗਾਰਨਰ ਦਾ ਬਰਗਨ ਦਾ ਹੋ ਗਿਆ ਜੀ। ਆਹ ਇੱਕ ਹੋਰ ਟਰੈਕਟਰ ਹੈ ਜੀ, ਇਹ ਆਪਣੇ ਟਾਇਰਾਂ ਵਾਲਾ ਆ ਗਿਆ, ਜਿਵੇਂ ਆਪਣੇ ਇੰਡੇ ਚੱਲਦੇ, ਮੈਸੀ ਵਰਗਾ, ਮੈਸੀ ਟਰੈਕਟਰ ਵਰਗਾ ਟਰੈਕਟਰ ਹੈ ਜੀ। ਇੱਕ ਆਹ ਖੜ੍ਹਾ ਹੈ, ਅਤੇ ਫਰਗੂਸਨ ਦਾ ਹੈ, ਅਤੇ ਇੱਕ ਆਹ ਆ ਗਿਆ ਜੀ, ਇਹ ਆ ਗਿਆ ਜੀ ਵੋਲਵੋ BM, ਫਿਰ ਆ ਗਿਆ ਜੀ ਮੈਕ ਕੌਰਮੈਕ, ਇਹ ਫਿਰ ਐਡਵਾਂਸ ਆਇਆ ਜੀ ਉਸ ਤੋਂ ਬਾਅਦ ਵਾਲਾ, ਅਤੇ ਉਸ ਤੋਂ ਬਾਅਦ ਫਿਰ ਆਹ ਆਇਆ ਜੀ, ਇਹ 'ਚ ਅੱਗੇ ਵੀ ਕਿਰਾਇਆ ਲੱਗਿਆ, ਅਤੇ ਇਹ ਹੋਰ ਕੰਪਨੀ ਦਾ ਹੈ। ਇਹਦੇ 'ਚ ਸਾਰੇ ਹੁਣ ਵਾਲੇ ਫੀਚਰ ਲੱਗੇ ਹੋਏ ਆ ਤਕਰੀਬਨ ਤਕਰੀਬਨ, ਆਹ ਲਿਫਟ ਹੈ ਪਿੱਛੇ, ਆਹ ਡੰਡੇ ਆਪਾਂ ਪਾਉਣੇ ਉਹ ਹੋਇਆ ਜੀ, ਆਹ ਫਿਰ ਇਸ ਤੋਂ ਵੱਡਾ ਆ ਗਿਆ। ਇਹਦੇ ਪਿੱਛੇ ਵੀ JCB ਵਾਂਗੂ ਲੱਗਿਆ ਸਿਸਟਮ, ਅਤੇ ਅੱਗੇ ਵੀ ਡਬਲ ਟਾਇਰ ਹੈ ਇਹਦੇ, ਅੱਗੇ ਵੀ ਚੱਕਣ ਵਾਲਾ JCB ਵਾਂਗੂ ਬਣਾਇਆ ਸਿਸਟਮ। ਅਤੇ ਇਹ ਫੋਰਡ ਸੰਦ ਹੈ ਵੀ ਜੀ, ਫੋਰਡ ਕੰਪਨੀ ਦੇ ਇਹ ਟਰੈਕਟਰ ਹੈ। ਅਤੇ ਹੁਣ ਇਹ ਦੇਖੋ ਵੀ ਇਹ ਇੰਨਾ ਕੁਛ ਇੱਥੇ ਰੋਡ ਦੇ ਉੱਤੇ ਇਹਨਾਂ ਨੇ ਰੱਖਿਆ ਹੋਇਆ, ਤਾਂ ਕਿ ਆਮ ਜਿਹੜੇ ਲੋਕ ਆ ਉਹ ਆ ਕੇ ਇਹਨੂੰ ਦੇਖਣ ਅਤੇ ਨਜ਼ਾਰੇ ਲੈਣ। ਦੇਖੋ ਪਿੱਛੇ ਕਿੰਨੇ ਟਰੈਕਟਰ ਨੇ ਕੀਤੇ, ਲੀਆਂ ਖੜ੍ਹੀਆਂ ਕਿੰਨੀਆਂ ਇਹਨਾਂ ਦੀਆਂ। ਇਹ ਕਾਰ ਦੇ ਪਿੱਛੇ ਪੈ ਜਾਂਦੀ ਟਰਾਲੀ, ਆਹ ਸਿਸਟਮ ਜਿਹੜਾ ਹੈਗਾ ਇਹ ਕਾਰ ਦੇ ਪਿੱਛੇ ਪੈ ਜਾਂਦਾ, ਇਹਨਾਂ ਨੇ ਕੋਈ ਸਮਾਨ ਛੱਡਣਾ ਕਰਨਾ ਲੈ ਕੇ ਆਉਣਾ ਖੇਤੋਂ, ਆਹ ਟਰਾਲੀ ਇੱਦਾਂ ਹੀ ਬਣਾਈ ਹੋਈ ਹੈ। ਆਹ ਇਹਦਾ ਖੇਤ ਵਾਲਾ ਘਰ ਹੈ, ਉਹ ਪਿੱਛੇ ਖੇਤ ਵਾਲੇ ਘਰ ਪਏ ਹੋਏ ਆ। ਜਿਹੜੀ ਇਹ ਟਰਾਲੀ ਹੈ ਜੀ, ਇਹਦੇ ਨੀਚੇ ਆਹ ਲਿਖਿਆ ਹੋਇਆ ਵੀ ਇਹਦੀ ਜਿਹੜੀ 2000 ਕਿਲੋ ਭਾਰ ਚੱਕਣ ਦੀ ਕਪੈਸਿਟੀ ਹੈ, ਅਤੇ ਇਹਦੇ ਵਿੱਚ ਕਿੰਨਾ ਭਾਰ ਪਾ ਸਕਦੇ? 2000 ਕਿਲੋ ਟੋਟਲ ਭਾਰ ਹੈ ਜੀ, 1000 ਕਿਲੋ ਦਾ ਆਪਣਾ ਭਾਰ ਹੈ। ਆਹ ਬੱਚਿਆਂ ਦੇ ਰਹਿਣ ਵਾਲਾ ਸਿਸਟਮ ਉਹਨਾਂ ਨੇ ਇੱਕ ਬਣਾਇਆ ਇੱਥੇ, ਇਹਦੇ 'ਚ ਜਿਵੇਂ ਬੰਦਾ ਸੌਂ ਸਕਦਾ ਹੈ, ਕਰਟਨ ਲਾਏ ਹੈ, ਥੱਲੇ ਟਾਇਰ ਲਾਏ ਹੈ, ਇਹ ਪਿੱਛੇ ਪਾ ਕੇ ਬੰਦਾ ਲਿਜਾ ਸਕਦਾ ਹੈ। ਇਹਦਾ ਵੀ ਬਕਾਇਦਾ ਨੰਬਰ ਹੈ ਔਰ ਇੰਡੀਕੇਟਰ ਹੈ, ਲਾਈਟਾਂ ਹੈ, ਔਰ ਇੱਥੋਂ ਇਹਦਾ ਦਰਵਾਜ਼ਾ ਹੈ, ਇਹ ਖੋਲ੍ਹ ਕੇ ਤੁਸੀਂ ਇਹਦੇ ਅੰਦਰ ਵੜ ਸਕਦੇ ਹੋ। ਔਰ ਇੱਕ ਜਿਹੜਾ ਇਹ ਪੱਥਰ ਰੱਖੇ ਹੋਏ ਹੈ ਸੰਦਾਂ ਦੇ, ਇਹ ਪੱਥਰ ਦਾ ਭਾਵ ਹੈ ਕਿ ਇਹਨਾਂ ਦੀ ਕਵਰ
ਦੀ ਨਿਸ਼ਾਨੀ, ਜਿਵੇਂ ਕਬਰ ਦੇ ਅੱਗੇ ਪੱਥਰ ਰੱਖਦੇ ਆ, ਇਸ ਤਰ੍ਹਾਂ ਇਹ ਪੱਥਰ ਹਰ ਟਿੱਟ ਦੇ ਮੂਹਰੇ ਪੱਥਰ ਲਾਇਆ ਕਿਉਂਕਿ ਇਹਨਾਂ ਦੀ ਕਬਰ ਬਣਾਈ ਹੈ ਇਹਨਾਂ ਨੇ ਬੇਸਿਕਲੀ। ਅਤੇ ਇਸ ਤੋਂ ਇਲਾਵਾ ਇਹ ਪੁਰਾਣੇ ਜਿਹੜਾ ਪੈਟਰੋਲ ਪੰਪ ਸੀ ਹੁੰਦਾ ਉਹਦਾ ਇਹ ਮਾਡਲ ਰੱਖਿਆ ਹੋਇਆ। ਇਹ ਪੈਟਰੋਲ ਪੰਪ ਦਾ ਪੁਰਾਣਾ ਜਿਵੇਂ ਘੁੰਮ ਕੇ ਲੀਟਰ ਚੱਲਦੇ ਸੀਗੇ ਉਹ ਵਾਲਾ ਸਿਸਟਮ ਹੈ, ਹੁਣ ਤਾਂ ਹਾਈਬ੍ਰਿਡ ਆ ਗਿਆ। ਔਰ ਇਹ ਇਹਨਾਂ ਦੇ ਪੁਰਾਣੇ ਲੀਟਰ ਦੁੱਧ ਵਾਲੇ ਢੋਲ ਜਿਹਨੂੰ ਆਪਾਂ ਅੱਜ ਵੀ ਯੂਜ਼ ਕਰ ਰਹੇ ਹਾਂ ਇੱਥੇ ਇਹ ਪੁਰਾਣੇ ਹੈ। ਔਰ ਇਹ 1669 ਤੋਂ ਸ਼ੁਰੂ ਹੋ ਕੇ ਹੁਣ ਤੱਕ ਦੀ ਸਾਰੀ ਜਿਹੜੀ ਟੈਕਨੋਲੋਜੀ ਹੈ ਉਹਦਾ ਇੱਥੇ ਜ਼ਿਕਰ ਕੀਤਾ ਗਿਆ ਜੀ। ਔਰ ਇਹ ਜੋ ਪੱਥਰ ਹੈ ਇਹ ਬੇਸਿਕਲੀ ਇਹਨਾਂ ਦੀ ਕਬਰ ਦੇ ਉੱਤੇ ਲੱਗਣ ਵਾਲੇ ਪੱਥਰਾਂ ਦੀ ਨਿਸ਼ਾਨੀ ਹੈ ਜੀ।